ਜਿਵੇਂ ਹੁਣ ਮੇਨ ਇਸ਼ੂ ਚੱਲ ਰਿਹਾ ਹਿਜਾਬ ਵਾਲਾ ਚੱਲ ਰਿਹਾ ਸੀਗਾ ਉਹ ਵੀ ਕਿੰਨਾ ਹੋਇਆ ਹਾਈਲਾਈਟ ਏਦਾਂ ਵੀ ਬਰਾਬਰ ਇਕੁਅਲ ਜੀ ਡਰੈਸ ਹੋਵੇ ਜਿੰਨਾ ਲੱਗੇ ਨਾ ਵੀ ਇਹ ਲੜਕੀ ਆ ਜਾਂ ਲੜਕਾ ਵਾ ਫਿਰ ਪਹਿਲੀ ਗੱਲ ਤੇ ਸਾਡੀ ਸਾਨੂੰ ਆਰਡਰ ਇਹੋ ਜਿਹਾ ਇਨਵਾਇਰਮੈਂਟ ਮਿਲਣਾ ਚਾਹੀਦਾ ਜਿਹਦਾ ਮਤਲਬ ਇਹ ਘਟੇ ਇਹ ਚੀਜ਼ ਘਟੇ ਐਜੂਕੇਸ਼ਨ ਚ ਅੱਜ ਦੇ ਸਿਨੈਰੀਓ ਜਿਹੜਾ ਫੀਨੋਮੀਨਾ ਇਹ ਚੀਜ਼ਾਂ ਤਦ ਹੀ ਘਟ ਸਕਦੀਆਂ ਵਾ ਜੇ ਮਤਲਬ ਵੀ ਇੱਕ ਉਹਨੂੰ ਫੀਲ ਕਰਾਇਆ ਜਾਵੇ ਵੀ ਜੈਂਡਰ ਨਹੀਂ ਆ ਬਰਾਬਰ ਇਕੁਅਲ ਆ ਮੌਕੇ ਵੀ ਬਰਾਬਰ ਮਿਲਣੇ ਚਾਹੀਦੇ ਖੇਡਾਂ ਸਪੋਰਟਸ ਉਹੋ ਜਿਹੀਆਂ ਹੋਣੀਆਂ ਚਾਹੀਦੀਆਂ ਵਾ ਜਿਹਦੇ 'ਚ ਦੋਵੇਂ ਪਾਰਟੀਸਪੇਟ ਕਰ ਸਕਦੇ ਡੈਸ ਸਿਟਿੰਗ ਅਰੇਂਜਮੈਂਟ ਸਾਰਾ ਕੁਛ ਫਿਰ ਇਹ ਚੀਜ਼ਾਂ ਬੜਾ ਵੱਡੇ ਪੱਧਰ ਦੇ ਉੱਤੇ ਕੰਮ ਕਰਦੀਆਂ ਠੀਕ ਹੈ ਛੋਟੇ ਪੱਧਰ ਤੇ ਵੀ ਅਸੀਂ ਦੇਖਦੇ ਹਾਂ ਅਸੀਂ ਕਲਾਸ 'ਚ ਜੈਂਡਰ ਡਿਸਕ੍ਰਿਮੀਨੇਸ਼ਨ ਕਰਨ ਲੱਗ ਜਾਂਦੇ ਹਾਂ ਕੋਈ ਕੰਮ ਹੁੰਦਾ ਨਾ ਫੋਰ ਐਗਜ਼ਾਮਪਲ ਕੋਈ ਬਾਹਰ ਦਾ ਕੰਮ ਹੈ ਕੋਈ ਟੇਬਲ ਹੀ ਚੁੱਕਣਾ ਹੈ ਮੈਂ ਕਦੇ ਲੜਕੀ ਨੂੰ ਨਹੀਂ ਕਹਾਂਗੀ ਕਿ ਤੂੰ ਟੇਬਲ ਚੁੱਕ ਮਤਲਬ ਸਾਡੀ ਇਨੇਟ ਇਸ ਤਰ੍ਹਾਂ ਦਾ ਅਸੀਂ ਹੋ ਗਿਆ ਕਿ ਅਸੀਂ ਉਹਨੂੰ ਲੜਕੇ ਨੂੰ ਹੀ ਕਹਿਣਾ ਹੈ ਕੰਮ ਅਤੇ ਇਹ ਕੰਮ ਕਰ ਜੇ ਕੋਈ ਪਾਣੀ ਜਾਂ ਚਾਹ ਮੰਗਾ ਰਿਹਾ ਤਾਂ ਲੜਕੀ ਨੂੰ ਸੋ ਇਹ ਆਪਾਂ ਜਾਣ ਕੇ ਨਹੀਂ ਕਰ ਰਹੇ ਬਟ ਇਨਬਿਲਟ ਹੀ ਅਸੀਂ ਇਸ ਤਰ੍ਹਾਂ ਦੇ ਹੋ ਗਏ ਹਾਂ ਇਹ ਟੀਚਰ ਨੂੰ ਵੀ ਕਾਫੀ ਕੌਨਸ਼ੀਅਸ ਹੋ ਕੇ ਐਫਰਟ ਜਿਹੜਾ ਵੀ ਸੋਰਸ ਹੋਏ ਮੈਨੂੰ ਲੱਗਦਾ ਕਿ ਅਲਟੀਮੇਟਲੀ ਜਿੱਦਾਂ ਸਾਡੇ ਕੋਲ ਬੱਚੇ ਹੈ ਐਟ ਗਰਾਊਂਡ ਲੈਵਲ ਗਵਰਨਮੈਂਟ ਸਕੂਲਸ ਦੇ ਵਿੱਚ ਇਹ ਪ੍ਰੋਜੈਕਟ ਚੱਲਣ ਲੱਗਿਆ ਕਿਉਂ ਬੇਸਿਕਲੀ ਬਿਕੋਜ਼ ਇਹਨਾਂ ਗਰਾਊਂਡ ਲੈਵਲ 'ਤੇ ਜਿਹੜੇ ਪੇਰੈਂਟਸ ਹੈ ਅਸੀਂ ਕੈਨ ਨੋਟ ਐਕਸਪੈਕਟ ਐਨੀਥਿੰਗ ਉਹਨਾਂ ਨੂੰ ਅਸੀਂ ਨਹੀਂ ਐਕਸਪੈਕਟ ਕਰ ਸਕਦੇ ਕਿ ਬੱਚੇ ਨੂੰ ਪੜ੍ਹਾਉਣਗੇ ਜਾਂ ਗਾਈਡੈਂਸ ਦੇਣਗੇ ਰਾਦਰ ਵੈਨ ਯੂ ਆਰ ਗੋਇੰਗ ਟੂ ਸਟਾਰਟ ਜੈਂਡਰ ਐਜੂਕੇਸ਼ਨ ਇਹ ਤੁਹਾਡੇ ਲਈ ਕਿਤੇ ਨਾ ਕਿਤੇ ਪ੍ਰੋਬਲਮ ਵੀ ਬਣੇਗੀ ਜਦ ਬੱਚੇ ਘਰ ਜਾ ਕੇ ਦੱਸਣਗੇ ਨਾ ਉਹਨਾਂ ਲਈ ਤਾਂ ਵੈਰੀ ਵਰਡ ਸੈਕਸ ਹੀ ਬੜਾ ਵੱਡਾ ਇਸ਼ੂ ਹੋ ਜਾਂਦਾ ਤਾਂ ਬੀਇੰਗ ਅ ਟੀਚਰ ਸਾਨੂੰ ਹੀ ਕਰਨਾ ਪੈਣਾ ਸਾਨੂੰ ਆਪਣੇ ਮੈਥਡਸ ਡਿਵਾਈਸ ਕਰਨੇ ਪੈਣੇ ਆ ਇਨਡਾਇਰੈਕਟਲੀ ਸਿਲੇਬਸ ਦੇ ਵਿੱਚ ਇਨਕੋਪਰੇਟ ਕੀਤਾ ਜਾ ਰਿਹਾ ਸੋ ਦੈਟ ਇਸ ਤਰ੍ਹਾਂ ਦੇ ਇਸ਼ੂ ਸਾਨੂੰ ਨਾ ਆਣ ਕੇ ਫੈਮਿਲੀਜ਼ ਵੱਲੋਂ ਓਪੋਜੀਸ਼ਨ ਆਏ ਬਟ ਅਸੀਂ ਫਿਰ ਵੀ ਆਪਣੇ ਮੋਟਿਵ ਵਿੱਚ ਸਕਸੈਸ ਕਰ ਸਕੀਏ ਕਿ ਹਾਂ ਅਸੀਂ ਸੋਸਾਇਟੀ ਵਿੱਚ ਅਵੇਅਰਨੈਸ ਲਿਆ ਸਕੀਏ